लुधियाना के गिल रोड से अज सवेरे तड़क सार एक भयानक एक्सीडेंट हो गया। इस हादसे दौरान एक साइकिल चालक की मौत हो गई। उधर इसकी सूचना मिलते ही मौके पर पहुंची पुलिस ने डेड बॉडी कब्जे में लेके सिविल हस्पताल के मोर्चरी दिल विच भेज दिता। नामलूम गड्डी चालक के खिलाफ मामला दर्ज कर जांच की गल कही है। उधर मौके पर मौजूद चश्मदीद ने कहा कि 40 साल के करीब मृतक की उम्र है। साइकिल से जा रहा है कि कोई गड्डी चालक इस हेठा दड़ गया। क्या कि उक्त व्यक्ति की उस वेले मौत हो गई। उधर एंबूलेंस चालक ने कहा कि उन्होंने जो सूचना मिली सी कि गिल रोड से एक्सीडेंट होया है तो उन्होंने कहा कि उस मौके पर वह पहुँच गए और डेड बॉडी उन्होंने कब्जे के ले लिया। नाल ही सिविल हस्पताल के मोर्चरी के उस डेड बॉडी रख दिता गया। की नाम है जी? मेरा नाम राम सिंह जी। भाजी की होया की है? कुछ नहीं जी, आप इतों अपना फोन कॉल करिए 108 ਤੇ। अच्छा, ਆਪੀ ਇਹਦੇ ਗਿਲ ਰੋਡ ਤੇ ਐਕਸੀਡੈਂਟ ਹੋਇਆ ਜੀ। अच्छा, ਉਹ ਆਪਾਂ ਜੋਬ ਅੜੀ ਲੈ ਕੇ ਤੇ ਆਪਾਂ 108 ਤੇ ਆਪਾਂ ਨਹੀਂ ਹੋਇਆ ਕਿ ਉਹ ਬੰਦਾ ਮਰ ਗਿਆ? ਪਤਾ ਨਹੀਂ ਜੀ, ਤਾਂ ਹੁਣ ਆਪਾਂ ਨੂੰ ਜਾਣ ਕੇ ਪਤਾ ਲੱਗਾ ਮੌਕੇ ਤੇ। ਕੀ ਬੰਦਾ ਕਾਤੇ ਸੀਗਾ? ਸਾਈਕਲ ਤੇ ਜੀ ਆਪੇ। अच्छा, ਕਾਹਨ ਐਕਸੀਡੈਂਟ ਹੋਇਆ? ਇਹ ਨਹੀਂ ਪਤਾ ਜੀ, ਗੱਡੀ ਵਜੇ ਸੀ। ਕਿੰਨੇ ਵਜੇ ਦੀ ਆ ਗੱਲ ਐਕਸੀਡੈਂਟ? ਸਾਨੂੰ ਕਾਲ ਗਈ ਉਹਨਾਂ ਪਤਾ ਲੱਗਾ ਜੀ, ਬਾਅਦ ਪਤਾ ਨਹੀਂ ਐਕਸੀਡੈਂਟ ਕਿਹੜੇ ਵਜੇ ਹੋਇਆ। ਹਾਂਜੀ ਬਾਈ ਜੀ, ਕੀ ਹੋਇਆ? ਅਸੀਂ ਮੈਂ ਆਲਮਗੀਰ ਸਾਹਿਬ ਹਰ ਸੰਡੇ ਜਾਈਦਾ ਵਾ। ਅਸੀਂ ਇਸ ਵਾਰ ਸੰਡੇ ਆਲਮਗੀਰ ਸਾਹਿਬ ਜਾ ਰਹੇ ਸੀ ਤੇ ਰਸਤੇ ਜਾ ਰਹੇ ਸੀ, ਇੱਥੇ GME ਰੋਡ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਪਿਆ ਸੀ। ਬਹੁਤ ਜ਼ਬਰਦਸਤ ਗੱਡੀ, ਮੈਨੂੰ ਤਾਂ ਵੱਡੀ ਗੱਡੀ ਵਾਲਾ ਕੋਈ ਗਰੀਬ ਬੰਦੇ ਦੇ ਸਾਈਕਲਾਂ ਦੇ ਵਿੱਚ ਮਾਰ ਕੇ ਚਲਾ ਗਿਆ। ਉਹ ਅਣਪਛਾਤੇ ਪਤਾ ਲੱਗਿਆ ਨਹੀਂ, ਰਾਹੀਦਾਰੀ ਸਭ ਦੇਖੀ ਜਾਂਦੇ ਆ ਵੀ ਕੌਣ ਹੈ ਕੌਣ ਆ, ਲੇਕਿਨ ਪਛਾਣ ਨਹੀਂ ਹੋਈ ਉਸ ਚੀਜ਼ ਦੀ। ਸੋ ਕਿਸੇ ਬੰਦੇ ਨੇ ਇੱਥੇ ਮੈਨੂੰ ਆਪਣੇ 108 'ਤੇ ਫੋਨ ਕਰਿਆ, ਉਹ ਆਏ ਗੱਡੀ ਵਾਲੇ ਐਂਬੂਲੈਂਸ ਵਾਲੇ ਅਤੇ ਉਹ ਆ ਕੇ ਲਾਸ ਨੂੰ ਆਪਣੇ ਕਬਜ਼ੇ 'ਚ ਕਰਕੇ ਸਿਵਲ ਹਸਪਤਾਲ ਲੈ ਗਏ ਆ। ਬਾਕੀ ਪੁਲਿਸ ਨੂੰ ਕਾਰਵਾਈ ਹੋ ਗਈ ਹੈ ਜੋ ਦੇਖਦੇ ਆ। ਬਾਈ ਜੀ, ਕਿੰਨੀ ਉਮਰ ਲੱਗਦੀ ਸੀ ਬੰਦੇ ਦੀ? ਉਮਰ ਮੇਰੇ ਹਿਸਾਬ ਨਾਲ ਲਮਸਮ ਹੋਣੀ ਹੈ 40-50 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ। ਕਾਤੇ ਸੀਗਾ ਬੰਦਾ? ਮੋਟਰ ਸਾਈਕਲ ਸੀਗਾ, ਸਾਈਕਲ ਦੇ ਕੋਈ ਕਿੰਨਾ ਜ਼ਬਰਦਸਤ ਉਹ ਆਪਣਾ ਤੋੜਿਆ ਪਿਆ, ਸਾਰਾ ਕੁਝ ਭੈਣਕ ਹਸਤਾ ਹੀ ਹੈ, ਲੇਕਿਨ ਬਹੁਤ ਮਾੜਾ ਹੈ। ਵੱਡੀ ਗੱਡੀ ਵਾਲੇ ਨੇ ਮਾਰਿਆ ਜਾਂ ਸਕੂਟੀ ਨੇ ਮਾਰਿਆ ਕੋਈ ਫਰਮ ਨਹੀਂ ਹੈ, ਲੇਕਿਨ ਮਾਰ ਕੇ ਕੋਈ ਫੇਟ ਹੀ ਗਿਆ ਭਾਜੀ। लुधियाना के गिल रोड से अज सवेरे तड़क सार एक भयानक एक्सीडेंट हो गया। इस हादसे दौरान एक साइकिल चालक की मौत हो गई। उधर इसकी सूचना मिलते ही मौके पर पहुंची पुलिस ने डेड बॉडी कब्जे में लेके सिविल हस्पताल के मोर्चरी दिल विच भेज दिता। नामलूम गड्डी चालक के खिलाफ मामला दर्ज कर जांच की गल कही है। उधर मौके पर मौजूद चश्मदीद ने कहा कि 40 साल के करीब मृतक की उम्र है। साइकिल से जा रहा है कि कोई गड्डी चालक इस हेठा दड़ गया। क्या कि उक्त व्यक्ति की उस वेले मौत हो गई। उधर एंबूलेंस चालक ने कहा कि उन्होंने जो सूचना मिली सी कि गिल रोड से एक्सीडेंट होया है तो उन्होंने कहा कि उस मौके पर वह पहुँच गए और डेड बॉडी उन्होंने कब्जे के ले लिया। नाल ही सिविल हस्पताल के मोर्चरी के उस डेड बॉडी रख दिता गया। की नाम है जी? मेरा नाम राम सिंह जी। भाजी की होया की है? कुछ नहीं जी, आप इतों अपना फोन कॉल करिए 108 ਤੇ। अच्छा, ਆਪੀ ਇਹਦੇ ਗਿਲ ਰੋਡ ਤੇ ਐਕਸੀਡੈਂਟ ਹੋਇਆ ਜੀ। ਅੱਛਾ, ਉਹ ਆਪਾਂ ਜੋਬ ਅੜੀ ਲੈ ਕੇ ਤੇ ਆਪਾਂ 108 ਤੇ ਆਪਾਂ ਨਹੀਂ ਹੋਇਆ ਕਿ ਉਹ ਬੰਦਾ ਮਰ ਗਿਆ? ਪਤਾ ਨਹੀਂ ਜੀ, ਤਾਂ ਹੁਣ ਆਪਾਂ ਨੂੰ ਜਾਣ ਕੇ ਪਤਾ ਲੱਗਾ ਮੌਕੇ ਤੇ। ਕੀ ਬੰਦਾ ਕਾਤੇ ਸੀਗਾ? ਸਾਈਕਲ ਤੇ ਜੀ ਆਪੇ। ਅੱਛਾ, ਕਾਹਨ ਐਕਸੀਡੈਂਟ ਹੋਇਆ? ਇਹ ਨਹੀਂ ਪਤਾ ਜੀ, ਗੱਡੀ ਵਜੇ ਸੀ। ਕਿੰਨੇ ਵਜੇ ਦੀ ਆ ਗੱਲ ਐਕਸੀਡੈਂਟ? ਸਾਨੂੰ ਕਾਲ ਗਈ ਉਹਨਾਂ ਪਤਾ ਲੱਗਾ ਜੀ, ਬਾਅਦ ਪਤਾ ਨਹੀਂ ਐਕਸੀਡੈਂਟ ਕਿਹੜੇ ਹੋਇਆ। ਹਾਂਜੀ ਬਾਈ ਜੀ, ਕੀ ਹੋਇਆ? ਅਸੀਂ ਮੈਂ ਆਲਮਗੀਰ ਸਾਹਿਬ ਹਰ ਸੰਡੇ ਜਾਈਦਾ ਵਾ। ਅਸੀਂ ਇਸ ਵਾਰ ਸੰਡੇ ਆਲਮਗੀਰ ਸਾਹਿਬ ਜਾ ਰਹੇ ਸੀ ਤੇ ਰਸਤੇ ਜਾ ਰਹੇ ਸੀ, ਇੱਥੇ GME ਰੋਡ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਪਿਆ ਸੀ। ਬਹੁਤ ਜ਼ਬਰਦਸਤ ਗੱਡੀ, ਮੈਨੂੰ ਤਾਂ ਵੱਡੀ ਗੱਡੀ ਵਾਲਾ ਕੋਈ ਗਰੀਬ ਬੰਦੇ ਦੇ ਸਾਈਕਲਾਂ ਦੇ ਵਿੱਚ ਮਾਰ ਕੇ ਚਲਾ ਗਿਆ। ਉਹ ਅਣਪਛਾਤੇ ਪਤਾ ਲੱਗਿਆ ਨਹੀਂ, ਰਾਹੀਦਾਰੀ ਸਭ ਦੇਖੀ ਜਾਂਦੇ ਆ ਵੀ ਕੌਣ ਹੈ ਕੌਣ ਆ, ਲੇਕਿਨ ਪਛਾਣ ਨਹੀਂ ਹੋਈ ਉਸ ਚੀਜ਼ ਦੀ। ਸੋ ਕਿਸੇ ਬੰਦੇ ਨੇ ਇੱਥੇ ਮੈਨੂੰ ਆਪਣੇ 108 'ਤੇ ਫੋਨ ਕਰਿਆ, ਉਹ ਆਏ ਗੱਡੀ ਵਾਲੇ ਐਂਬੂਲੈਂਸ ਵਾਲੇ ਅਤੇ ਉਹ ਆ ਕੇ ਲਾਸ ਨੂੰ ਆਪਣੇ ਕਬਜ਼ੇ 'ਚ ਕਰਕੇ ਸਿਵਲ ਹਸਪਤਾਲ ਲੈ ਗਏ ਆ। ਬਾਕੀ ਪੁਲਿਸ ਨੂੰ ਕਾਰਵਾਈ ਹੋ ਗਈ ਹੈ ਜੋ ਦੇਖਦੇ ਆ। ਬਾਈ ਜੀ, ਕਿੰਨੀ ਉਮਰ ਲੱਗਦੀ ਸੀ ਬੰਦੇ ਦੀ? ਉਮਰ ਮੇਰੇ ਹਿਸਾਬ ਨਾਲ ਲਮਸਮ ਹੋਣੀ ਹੈ 40-50 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ। ਕਾਤੇ ਸੀਗਾ ਬੰਦਾ? ਮੋਟਰ ਸਾਈਕਲ ਸੀਗਾ, ਸਾਈਕਲ ਦੇ ਕੋਈ ਕਿੰਨਾ ਜ਼ਬਰਦਸਤ ਉਹ ਆਪਣਾ ਤੋੜਿਆ ਪਿਆ, ਸਾਰਾ ਕੁਝ ਭੈਣਕ ਹਸਤਾ ਹੀ ਹੈ, ਲੇਕਿਨ ਬਹੁਤ ਮਾੜਾ ਹੈ। ਵੱਡੀ ਗੱਡੀ ਵਾਲੇ ਨੇ ਮਾਰਿਆ ਜਾਂ ਸਕੂਟੀ ਨੇ ਮਾਰਿਆ ਕੋਈ ਫਰਮ ਨਹੀਂ ਹੈ, ਲੇਕਿਨ ਮਾਰ ਕੇ ਕੋਈ ਫੇਟ ਹੀ ਗਿਆ ਭਾਜੀ।